ਦੋ ਸੇਵਾਦਾਰਾਂ ਦਾ ਆਪਸ ਵਿੱਚ ਝਗੜਾ ਹੋ ਗਿਆ ਸੀ ਭਗਤ ਜੀ ਨੇ ਛੱਡ ਛਡਾਈ ਦਾ ਯਤਨ ਕੀਤਾ ਪਰ ਉਹਨਾਂ ਵਿੱਚ ਜੰਮ ਕੇ ਹੱਥੋਂ ਪਾਈ ਹੋ ਗਈ ਤੇ ਇੱਕ ਸੇਵਾਦਾਰ ਨੇ ਬਾਬਾ ਜੀ ਦੀ ਦਾੜੀ ਫੜ ਲਈ ਕਰਮਚਾਰੀਆਂ ਵਿੱਚ ਇਸ ਘਟਨਾ ਬਾਰੇ ਦੱਬਵੀਂ ਜੀ ਚਰਚਾ ਸ਼ੁਰੂ ਹੋ ਗਈ ਸੀ ਛੇਤੀ ਗੱਲ ਤੁਰ ਪਈ ਕਿ ਇਹ ਮਾਮਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਿਆਨ 'ਚ ਲਿਆਂਦਾ ਜਾਏ ਕਿ ਇੱਕ Hindu ਨੇ ਇੱਕ ਗੁਰਸਿੱਖ ਦੀ ਦਾੜੀ ਨੂੰ ਹੱਥ ਪਾਇਆ ਸੀ ਜਦੋਂ ਬਾਬਾ ਜੀ ਨੂੰ ਪਤਾ ਲੱਗਾ ਤਾਂ ਲੋਹੇ ਲਾਖੇ ਹੋਏ ਉਹ ਤਾਂ ਧੁਰੰਦਰ ਤੱਕ ਅਫਿਰਕੂ ਸਨ ਕੀ ਮਜਾਲ ਸੀ ਕੋਈ ਘਟਨਾ ਨੂੰ ਫਿਰਕੂ ਰੰਗ ਦੇ ਸਕਦਾ ਉਹਨਾਂ ਨੇ ਸਾਰੇ ਸੇਵਾਦਾਰਾਂ ਨੂੰ ਇਕੱਠਾ ਕਰ ਲਿਆ ਕਹਿਣ ਲੱਗੇ ਮੈਂ ਸੁਣਿਆ ਤੁਹਾਡੇ ਚੋ ਕੁਝ ਕੱਲ ਦੀ ਘਟਨਾ ਬਾਰੇ ਪ੍ਰਬੰਧਕ ਕਮੇਟੀ ਤੱਕ ਪਹੁੰਚ ਕਰਨਾ ਚਾਹੁੰਦੇ ਨੇ ਮੈਨੂੰ ਇੱਕ ਗੱਲ ਦੱਸੋ ਉਹਨਾਂ ਨੇ ਆਪਣੀ ਦਾੜੀ ਨੂੰ ਸਹਲਾਉਂਦਿਆਂ ਕਿਹਾ ਇਹ ਦਾੜੀ ਮੇਰੀ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਸ ਟਿੱਪਣੀ ਤੇ ਸਾਰੇ ਖਿੜਖੜਾ ਕੇ ਹੱਸ ਪਏ ਧੰਨਵਾਦ